ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਇੱਕ ਵਾਰ ਇੱਕ ਮਨੁੱਖ ਬੜੀ ਚੰਗੀ ਥਾਂ ਤੇ ਕੰਮ ਕਰਦਾ ਹੁੰਦਾ ਪਰ ਉਥੇ ਭਾਰ ਕੰਮ ਦਾ ਬਹੁਤ ਜ਼ਿਆਦਾ ਹੁੰਦਾ ਉਹ ਸੋਚਦਾ ਹੈ ਕਿ ਮੈਂ ਆਪਣਾ ਘਰ ਜੋ ਹੈ ਉਹ ਸ਼ਹਿਰ ਤੋਂ ਬਾਹਰ ਬਣਾਵਾਂਗਾ ਉਹ ਜਿੱਥੇ ਘਰ ਬਣਾਉਂਦਾ ਹੈ ਬੜੀ ਹੌਨਸਾਂਜੀ ਥਾਂ ਹੁੰਦੀ ਅਤੇ ਘਰ ਦੇ ਬੂਹੇ ਦੇ ਅੱਗੇ ਉਹ ਦੋ ਰੁੱਖ ਲਾਉਂਦਾ ਇੱਕ ਸੱਜੀ ਤੇ ਇੱਕ ਖੱਬੇ ਉਹ ਰੋਜ਼ ਜਦੋਂ ਆਉਂਦਾ ਇੱਕ ਪਾਸੇ ਨਿੰਮ ਦਾ ਰੁੱਖ ਲਾਉਂਦਾ ਹੈ ਇੱਕ ਪਾਸੇ ਸੇਬ ਦਾ ਰੁੱਖ ਲਾਉਂਦਾ ਹੈ ਕਾਰਜੋ ਸੀ ਉਸਨ ਸੰਥਾਂ ਤੇ ਸੀ ਹੁਣ ਉਹਦਾ ਘਰ ਬੜਾ ਸੋਹਣਾ ਬਣਿਆ ਹੋਇਆ ਸੀ ਚੋਰਾਂ ਨੂੰ ਲੱਗਾ ਵੀ ਇਹ ਦਾ ਘਰ ਇੱਥੇ ਸੰਸਨ ਥਾਂ ਤੇ ਹੈ ਕਿਉਂ ਨਾ ਵੀ ਇਹਦੇ ਘਰੋਂ ਸਾਰਾ ਕੁਝ ਲੁੱਟ ਘਸੁੱਟ ਕੇ ਲੈ ਜਾਈਏ ਓਕੇ ਕਰਦੇ ਨੇ ਵੀ ਉਹਦੇ ਘਰ ਦੀ ਨਾ ਕਿੰਨੇ ਦਿਨ ਨਿਗਰਾਨੀ ਕਰਦੇ ਨੇ ਵੀ ਘਰ ਕੋਣ ਕੋਣ ਹੈ ਕਦੋਂ ਕੋਣ ਕਿੱਥੇ ਜਾਂਦਾ ਹੈ ਕਦੋਂ ਆਉਂਦਾ ਹੈ ਤੇ ਕਦੋਂ ਅਸੀਂ ਇੱਥੇ ਆਪਣਾ ਲੁੱਟ ਘਸੁੱਟ ਕਰਾਂਗੇ ਮੌਜੂਦ ਉਹ ਤੇ ਨਿਗਰਾਨੀ ਰੱਖਦੇ ਨੇ ਉਹ ਦੇਖਦੇ ਨੇ ਵੀ ਜਦੋਂ ਉਹ ਕੰਮ ਤੋਂ ਵਾਪਸ ਆਉਂਦਾ ਨਾ ਤਾਂ ਉਹ ਨਿੰਮ ਦੇ ਰੁੱਖ ਦੇ ਥੱਲੇ ਆਪਣਾ ਬੈਗ ਖੋਲ ਕੇ ਕੁਝ ਵਗਾ ਕੇ ਬੜੇ ਚੀਜ਼ਾਂ ਜਾਂਦਾ ਤੇ ਫਿਰ ਜਦੋਂ ਸਵੇਰੇ ਆਉਂਦਾ ਤੇ ਉਹ ਸੇਬ ਦੇ ਰੁੱਖ ਥੱਲੇ ਕੁਝ ਚੁੱਕ ਕੇ ਤੇ ਬੈਗ ਵਿੱਚ ਪਾ ਲੈਂਦਾ ਉਹ ਐਵੇਂ ਦੇਖਦੇ ਇੱਕ ਦਿਨ ਹੋਇਆ ਦੋ ਦਿਨ ਹੋਇਆ ਹੁਣ ਐਵੇਂ ਕਰਦੇ ਕਰਦੇ ਹਫਤਾ ਬੀਤ ਗਿਆ ਹੁਣ ਉਹਨਾਂ ਦੇ ਮਨ 'ਚ ਜਿਹੜੀ ਲੁੱਟਕਸੁੱਟ ਕਰਨੀ ਸੀ ਉਹਦੀ ਚਿੰਤਾ ਤੇ ਘੱਟ ਸੀ ਉਹਨਾਂ ਦੇ ਮਨ ਵਿੱਚ ਇਹ ਸੀ ਵੀ ਇਹ ਕਰਦਾ ਕੀ ਹੈ ਇੱਥੇ ਕਿਉਂਕਿ ਉਹ ਰੋਜ ਜਦੋਂ ਜਾਂਦੇ ਜਦੋਂ ਉਹ ਨਿੰਮ ਦੇ ਰੁੱਖ ਦੇ ਥੱਲੇ ਕੁਝ ਵਗਾ ਕੇ ਜਾਂਦਾ ਸੀ ਨਾ ਤਾਂ ਉਹ ਉੱਥੇ ਜਾਂਦੇ ਸੀ ਉਹ ਲੱਭਦੇ ਸੀ ਪਰ ਉਹਨਾਂ ਨੂੰ ਕੱਖ ਨਹੀਂ ਸੀ ਲੱਭਦਾ ਤੇ ਜਦੋਂ ਉਹ ਸਵੇਰੇ ਉਹ ਸੇਬ ਦੇ ਥੱਲੇ ਚੁੱਕ ਕੇ ਲੈ ਕੇ ਜਾਂਦਾ ਸੀ ਦਰਖਤ ਥੱਲੇ ਤੇ ਉੱਥੋਂ ਵੀ ਉਹ ਜਦੋਂ ਵੇਖਦੇ ਸੀ ਸਵੇਰੇ ਉੱਠ ਕੇ ਉੱਥੇ ਵੀ ਕੁਝ ਨਹੀਂ ਸੀ ਹੁੰਦਾ ਹੁਣ ਉਹਨਾਂ ਦੇ ਮਨ 'ਚ ਇਹ ਜਗਿਆਸਾ ਸੀ ਵੀ ਇਹ ਨਿੰਮ ਥਲੇ ਕੀ ਰੱਖ ਕੇ ਜਾਂਦਾ ਹੈ ਤੇ ਸੇਬ ਦੇ ਜੋ ਦਰਖਤ ਹੈ ਉਹ ਥੱਲੇ ਕੀ ਚੁੱਕ ਕੇ ਲੈ ਕੇ ਜਾਂਦਾ ਹੈ ਉਹ ਕੀ ਕਰਦੇ ਨੇ ਵੀ ਉਹ ਸਿੱਦੇ ਅੱਜ ਜੋ ਸੀ ਉਹਨੂੰ ਛੁੱਟੀ ਸੀ ਉਹ ਦੇਖਦੇ ਆ ਵੀ ਛੁੱਟੀ ਹੈ ਚਲੋ ਇਹਦੇ ਘਰ ਚੱਲਦੇ ਆ ਉਹ ਬੜੇ ਇੱਜ਼ਤਮਾਨ ਨਾਲ ਉਹਨਾਂ ਦੇ ਘਰ ਕੇ ਬੜੇ ਸਤਕਾਰ ਨਾਲ ਉਹਨੂੰ ਵੀ ਬੁਲਾਇਆ ਦੱਸਦੇ ਆ ਵੀ ਅਸੀਂ ਜੋ ਵੀ ਸਚਾਈ ਸੀ ਵੀ ਹਾਂ ਵੀ ਅਸੀਂ ਤੁਹਾਡੇ ਕਰ ਲੁੱਟ ਘਸਟ ਕਰਨੀ ਸੀ ਪਰ ਹੁਣ ਅਸੀਂ ਏਸੀ ਇਰਾਦੇ ਤੋਂ ਨਹੀਂ ਆਏ ਹੁਣ ਅਸੀਂ ਤੁਹਾਡੇ ਤੋਂ ਕੁਝ ਜਾਣਨ ਆਏ ਆ ਉਹ ਕਹਿੰਦੇ ਵੀ ਅਸੀਂ ਪਿਛਲੇ ਇੱਕ ਹਫ਼ਤੇ ਤੋਂ ਦੇਖ ਰਹੇ ਜਦੋਂ ਤੁਸੀਂ ਸ਼ਾਮ ਨੂੰ ਆਉਂਦੇ ਹੋ ਤੇ ਤੁਸੀਂ ਨਿੰਮ ਦੇ ਥੱਲੇ ਕੁਝ ਜੋ ਆਪਣੇ ਬੈਗ ਚੋਂ ਕੁਝ ਕੱਢਦੇ ਹੋ ਤੇ ਉੱਥੇ ਵਗਾਹ ਜਾਂਦੇ ਹੋ ਸਵੇਰੇ ਜਦੋਂ ਜਾਂਦੇ ਹੋ ਤੇ ਸੇਪ ਦੇ ਥੱਲੇ ਕੁਝ ਜੋ ਦਰਖਤਾਂ ਥੱਲੇ ਕੁਝ ਚੋੱਕੇ ਤੇ ਬੈਗ ਚ ਪਾ ਕੇ ਲੈ ਜਾਂਦੇ ਹੋ ਅਸੀਂ ਜਾਨਣਾ ਚਾਹੁੰਦੇ ਆਂ ਕਿ ਅਸੀਂ ਨਾ ਉੱਥੇ ਬੜਾ ਕੁਝ ਲੱਭਿਆ ਪਰ ਸਾਨੂੰ ਕੁਝ ਨਹੀਂ ਲੱਭਿਆ ਅਸੀਂ ਉਹੀ ਜਾਨਣਾ ਆਏ ਆਂ ਕਿ ਤੁਸੀਂ ਕੀ ਚੋੱਕੇ ਵਿੱਚ ਰੱਖਦੇ ਸੀ ਤੇ ਕੀ ਵਗਾਹ ਕੇ ਜਾਂਦੇ ਸੀ ਉਹ ਕਹਿੰਦਾ ਕਿ ਮੈਂ ਉੱਥੇ ਕੁਝ ਨਹੀਂ ਸੀ ਵਗਾਹ ਕੇ ਜਾਂਦਾ ਤੇ ਨਾ ਹੀ ਮੈਂ ਉੱਥੋਂ ਕੁਝ ਚੋੱਕੇ ਲੈ ਕੇ ਜਾਂਦਾ ਸੀ ਮੇਟਾ ਨੂੰ ਦੱਸਦਾ ਮੈਂ ਜਿਸ ਜਗ੍ਹਾ ਮੈਂ ਕੰਮ ਕਰਦਾ ਉਹ ਬੜਾ ਹੀ ਉੱਥੇ ਜ਼ਿਆਦਾ ਤਣਾਅ ਬੜੇ ਕਦੀ ਕਿਸੇ ਦੀ ਸੁਣਨੀ ਪੈਂਦੀ ਏ ਤੇ ਕਦੇ ਕਿਸੇ ਦੀ ਇਸ ਕਾਰਨ ਬੜੀਆਂ ਜ਼ਿਆਦਾ ਚਿੰਤਾਵਾਂ ਹੋ ਜਾਂਦੀਆਂ ਤਣਾਅ ਵੱਜ ਜਾਂਦਾ ਜਦੋਂ ਅਸੀਂ ਕਹਿੰਦੇ ਸ਼ਹਿਰ ਰਹਿੰਦੇ ਹੁੰਦੇ ਸੀ ਤੇ ਉਹ ਹੀ ਤਣਾਅ ਚਿੰਤਾ ਮੈਂ ਘਰ ਲਿਆਉਂਦਾ ਸੀ ਜਿਸ ਕਾਰਨ ਮੇਰੇ ਪਰਿਵਾਰ ਵਾਲੇ ਜਦੋਂ ਸ਼ਾਮ ਨੂੰ ਮੇਰੀ ਉਡੀਕ ਕਰਦੇ ਹੁੰਦੇ ਸੀ ਤੇ ਉਦੋਂ ਵੀ ਤੁਤੂ ਮੈਂ ਮੈਂ ਹੁੰਦੀ ਸੀ ਲੜਾਈ ਝਗੜੇ ਹੁੰਦੇ ਸੀ ਤੇ ਘਰ ਦਾ ਮਾਹੌਲ ਵੀ ਖਰਾਬ ਹੁੰਦਾ ਸੀ ਇਸ ਲਈ ਮੈਂ ਸੋਚਿਆ ਸੀ ਵੀ ਘਰ ਜੋ ਹੈ ਸ਼ਹਿਰ ਤੋਂ ਬਾਹਰ ਹੋਵੇਗਾ ਤੇ ਇਹ ਮੈਂ ਦੋ ਰੁੱਖ ਲਾ ਕੇ ਤੇ ਆਪਣੀ ਚਿੰਤਾ ਮਿਟਾਵਾਂਗਾ ਉਹ ਕਹਿੰਦੇ ਉਹ ਕਿਵੇਂ ਕਹਿੰਦਾ ਜਦੋਂ ਮੈਂ ਸ਼ਾਮ ਨੂੰ ਆਉਣਾ ਤਾਂ ਮੈਂ ਨਿੰਮ ਦੇ ਰੁੱਖ ਦੇ ਥੱਲੇ ਖੜ ਕੇ ਆਪਣਾ ਬੈਗ ਖੋਲ ਕੇ ਜੋ ਵੀ ਭਾਰ ਹੁੰਦਾ ਹੈ ਚਿੰਤਾ ਹੁੰਦੀ ਉਹ ਨਿੰਮ ਦੇ ਰੁੱਖ ਨੂੰ ਦੱਸਦਾ ਤੇ ਵਾਰੀ-ਵਾਰੀ ਕਰਕੇ ਉੱਥੇ ਸੁੱਟ ਕੇ ਤੇ ਚਲਾ ਜਾਣਾ ਤੇ ਜਦੋਂ ਅੰਦਰ ਆਉਣਾ ਚਮਕ ਖੁਸ਼ਨੁਮਾ ਹੋ ਕੇ ਆਉਣਾ ਬੜੇ ਪਿਆਰ ਤੇ ਸਤਿਕਾਰ ਨਾਲ ਰਹਿਣਾ ਜਦੋਂ ਸਵੇਰੇ ਜਾਣਾ ਤੇ ਸੇਬ ਦੇ ਰੁੱਖ ਦੇ ਥੱਲੋਂ ਬੜਾ ਹਿੰਮਤ ਹੌਸਲਾ ਬੜਾ ਪਿਆਰ ਤੇ ਸਨੇਹ ਲੈ ਕੇ ਉੱਥੇ ਚੁੱਕ ਕੇ ਤੇ ਵਿੱਚ ਪਾ ਕੇ ਚਲਾ ਜਾਣਾ ਉਹ ਕਹਿੰਦੇ ਅੱਛਾ ਫਿਰ ਉਹ ਕਹਿੰਦੇ ਅੱਜ ਤੋਂ ਅਸੀਂ ਲੁੱਟਕਸਟ ਬੰਦ ਕਰਦੇ ਆ ਅੱਛੇ ਅੱਜ ਤੁਹਾਡੇ ਤੋਂ ਬੜੀ ਚੰਗੀ ਗੱਲ ਸਿੱਖ ਕੇ ਚੱਲਿਆ ਅੱਜ ਨਾ ਜ਼ਿੰਦਗੀ ਵਿੱਚ ਸੁੱਖ ਸੁਹੂਲਤਾ ਬੜੇ ਜਿਆਦੇ ਸਾਧਨ ਹੋ ਗਏ ਨੇ ਤੇ ਸੁੱਖ ਸੁਹੂਲਤਾ ਦੇ ਉਹ ਸਾਧਨ ਵਾਧੇ ਵੀ ਜਾ ਰਹੇ ਨੇ ਜ਼ਿੰਦਗੀ ਕਹਿ ਸਕਦੀ ਹਾਂ ਸੌਖੀ ਹੁੰਦੀ ਜਾ ਰਹੀ ਹੈ ਪਰ ਉਸ ਦੇ ਨਾਲ ਨਾਲ ਚਿੰਤਾ ਤਣਾਅ ਮਾਨਸਿਕ ਪਰੇਸ਼ਾਨੀਆਂ ਉਹ ਵਧਦੀਆਂ ਜਾਂਦੀਆਂ ਅਪਾ ਆਮ ਕਰਕੇ ਵੇਖਿਆ ਜੋ ਵੀ ਕੰਮ ਕਰਦੇ ਨੇ ਉਹ ਸਭ ਚਿੰਤਾ ਪਰੇਸ਼ਾਨੀਆਂ ਨਾਲ ਉਹ ਕਿਰੇ ਰਹਿੰਦੇ ਨੇ ਤੇ ਘਰ ਵੀ ਫਿਰ ਸ਼ਾਂਤ ਨਹੀਂ ਰਹਿੰਦੇ ਕਿਉਂਕਿ ਫਿਰ ਉਹੀ ਮਾਹੌਲ ਆ ਕੇ ਘਰ ਵੀ ਉਹਵੇਂ ਰੱਖਦੇ ਨੇ ਤੇ ਪਰਿਵਾਰ ਨਾਲ ਲੜਾਈ ਝਗੜੇ ਕਰਦੇ ਨੇ ਪਰ ਆਪਣੇ ਘਰ ਨੂੰ ਉਸ ਚੀਜ਼ ਨਾਲ ਸਾਰਿਆਂ ਨੂੰ ਫਿਰ ਜੁੰਝਣਾ ਪੈਂਦਾ ਜਦੋਂ ਇੱਕਦਮ ਮੂਡ ਉਵੇਂ ਦਾ ਹੋਏ ਤੇ ਸਾਰੇ ਉਵੇਂ ਹੁੰਦੇ ਹੋ ਜਾਂਦੇ ਨੇ ਇਹ ਹਰ ਸਮੇਂ ਇਹ ਭਾਰ ਚੁੱਕਣਾ ਜ਼ਰੂਰੀ ਹੈ ਐਵੇਂ ਜੀਵਨ ਜਿਉਣਾ ਬੜਾ ਔਖਾ ਹੋ ਜਾਂਦਾ ਹੈ ਇਹ ਸਭ ਨੂੰ ਇੱਕਦਮ ਇਹ ਖਤਮ ਤਾਂ ਕੀਤਾ ਨਹੀਂ ਜਾ ਸਕਦਾ ਪਰ ਕੱਟ ਤੋਂ ਕੱਟ ਜਦੋਂ ਪਰਿਵਾਰ ਨਾਲ ਆ ਉਦੋਂ ਤਾਈਂ ਬੋਝ ਆਪਾਂ ਦੂਰ ਕਰ ਹੀ ਸਕਦੇ ਆ ਨਾ ਉਹਨਾਂ ਨਾਲ ਤਾਂ ਹੱਸ ਕੇ ਦੋ ਪਲ ਆਪਾਂ ਗੁਜ਼ਾਰ ਸਕਦੇ ਜਿਸ ਨਾਲ ਘਰ ਵਿੱਚ ਖੁਸ਼ੀ ਤੇ ਸਕੂਨ ਦਾ ਵਾਤਾਵਰਨ ਬਣਿਆ ਰਹੇ ਫਿਰ ਆਪਾਂ ਵੀ ਆਪਣੇ ਦੁੱਖ ਚਿੰਤਾਵਾਂ ਘਰ ਵੜਨ ਤੋਂ ਪਹਿਲਾਂ ਉਹ ਬੁਹੇ ਤੋਂ ਬਾਹਰ ਹੀ ਰੱਖ ਚਾਹੀਏ ਤੇ ਜਦੋਂ ਸਵੇਰੇ ਜਾਣ ਲੱਗਿਏ ਉਦੋਂ ਕਰੋ ਪਿਆਰ ਸਨੇਹ ਮਦ ਹੌਸਲਾ ਤੇ ਉਹ ਕਰੋ ਨਾਲ ਲੈ ਕੇ ਚੱਲੀਏ ਫਿਰ ਦੇਖਿਓ ਕੰਮ ਤੇ ਵੀ ਆਪੇ ਸਭ ਕੁਝ ਵਧੀਆ ਹੋਵੇਗਾ ਦਿਨ ਵੀ ਵਧੀਆ ਲੰਘੇਗਾ ਤੇ ਪਰਿਵਾਰ ਵਿੱਚ ਲੜਾਈ ਝਗੜੇ ਵੀ ਘਟ ਹੋਣਗੇ ਤੇ ਜਿਹੜੀਆਂ ਚਿੰਤਾਵਾਂ ਪਰੇਸ਼ਾਨੀਆਂ ਆਪਾਂ ਆਪਣੇ ਸਿਰ ਤੇ ਲੈ ਕੇ ਜਿਹੜਾ ਇਨਾ ਭਾਰ ਚੁੱਕਿਆ ਹੋਇਆ ਨਾ ਉਹ ਵੀ ਘਟ ਹੋ ਜਾਏਗਾ ਇੱਕ ਹੋਰ ਗੱਲ ਇੱਕ ਨਾਂ ਪਿੰਡ ਵਿੱਚ ਦੋ ਜਣੇ ਰਹਿੰਦੇ ਹੁੰਦੇ ਨੇ ਭਾਵੇਂ ਸੇਠ ਕਹਿ ਲੋ ਸ਼ਾਹੂਕਾਰ ਕਹਿ ਲੋ ਵੀ ਦੋ ਜਣੇ ਹੁੰਦੇ ਨੇ ਪਰ ਦੋਨੋਂ ਜਣੇ ਕੀ ਕਰਦੇ ਨੇ ਵੀ ਵੱਖ-ਵੱਖ ਜੋ ਉਹਨਾਂ ਦੇ ਹਿਮਾਇਤੀ ਕਹਿ ਲੋ ਜਾਂ ਫਿਰ ਸਰਕਾਰਾਂ ਕਹਿ ਲੋ ਵੀ ਆ ਵੱਖ-ਵੱਖ ਸਰਕਾਰਾਂ ਦੀ ਉਹ ਹਿਮਾਇਤ ਕਰਦੇ ਸੀ ਕੀ ਹੁੰਦਾ ਹੈ ਵੀ ਆਪਸ ਵਿੱਚ ਕਿਸੇ ਨਾ ਕਿਸੇ ਗੱਲ ਤੋਂ ਲੈ ਕੇ ਉਹ ਇੱਕ ਦੂਜੇ ਨਾਲ ਲੜਾਈ ਝਗੜਾ ਵੀ ਕਰ ਲੈਂਦੇ ਹੁੰਦੇ ਸੀ ਤੇ ਦੋਨਾਂ ਦੇ ਘਰ ਇੱਕ ਇੱਕ ਪੁੱਤਰ ਹੋਇਆ ਪੁੱਤਰਾਂ ਨੂੰ ਬੜੇ ਲਾੜ ਚਾਹ ਤੇ ਪਿਆਰ ਨਾਲ ਪਾਲਿਆ ਹੁੰਦਾ ਕਿ ਉਹ ਤਾਂ ਆਪਸ ਵਿੱਚ ਇੱਕ ਦੂਜੇ ਨਾਲ ਲੜ ਲੈਂਦੇ ਨੇ ਪਰ ਜਿਹੜੇ ਉਹਨਾਂ ਦੇ ਪੁੱਤਰ ਨੇ ਉਹ ਕਦੀ ਇੱਕ ਦੂਜੇ ਨੂੰ ਕੁਝ ਨਹੀਂ ਸੀ ਬੋਲਦੇ ਹੁੰਦੇ ਹੌਲੀ ਹੌਲੀ ਕਰਦਿਆਂ ਸਕੂਲ ਤੋਂ ਉਹ ਕਾਲਜ 'ਕੇ ਪਰ ਅੱਜ ਤੱਕ ਉਹਨਾਂ ਇੱਕ ਦੂਜੇ ਨੂੰ ਕਦੀ ਵੀ ਮਾੜਾ ਨਹੀਂ ਸੀ ਬੋਲਿਆ ਹਮੇਸ਼ਾ ਨਾਤਾ ਮਾੜਾ ਬੋਲ ਦੇਣਾ ਚੰਗਾ ਪਰ ਇੱਕ ਦੂਜੇ ਨਾਲ ਬੋਲਦੇ ਨਹੀਂ ਸੀ ਵੀ ਆਪਣੀ ਵਧੀਆ ਉਹਨਾਂ ਦੀ ਨਹੀਂ ਵੀ ਜਾ ਰਹੀ ਸੀ ਫਿਰ ਕੀ ਹੁੰਦਾ ਹੈ ਵੀ ਇੱਕ ਦਿਨਾਂ ਵੀ ਜਿਵੇਂ ਹੁਣ ਮੰਨ ਲਓ ਚੌਣਾ ਆ ਗਿਆ ਉਵੇਂ ਚੌਣਾ ਆ ਗਿਆ ਉਹ ਅੱਡ ਅੱਡ ਜੋ ਸੀ ਉਹਨਾਂ ਦੇ ਉਹਨਾਂ ਦੀ ਹਿਮਾਇਤ ਕਰਦੇ ਸੀ ਉਹ ਇੱਕ ਦੁਕਾਨ ਤੇ ਖੜੇ ਦੋਵੇਂ ਜੋ ਉਹਨਾਂ ਦੇ ਪਿਤਾ ਸਨ ਤੇ ਆਪਸ ਵਿੱਚ ਉਹਨਾਂ ਦੀ ਲੜਾਈ ਹੋ ਗਈ ਲੜਾਈ ਹੋਣ ਹੋਈ ਕਿ ਤੇ ਦੋਨਾਂ ਦੇ ਪੁੱਤਰਾਂ ਨੇ ਤੇ ਉਹਨਾਂ ਹੀ ਸੀ ਜਦੋਂ ਉਹ ਆਏ ਤੇ ਇੱਕ ਨੇ ਦੂਸਰੇ ਨੂੰ ਕੁਝ ਕਿਹਾ ਜਿਸ ਤੇ ਕਾਰਨ ਉਥੇ ਜੋ ਹੈ ਗੋਲੀ ਚੱਲ ਗਈ ਜੋ ਗੋਲੀ ਪਹਿਲੀ ਜੋ ਜਿਸ ਨੇ ਚਲਾਈ ਸੀ ਉਦੀ ਗੋਲੀ ਉਹਨੂੰ ਨਹੀਂ ਵੱਜੀ ਪਰ ਦੂਜੇ ਨੇ ਜੋ ਚਲਾਈ ਉਸਦੇ ਪੁੱਤਰ ਨੂੰ ਜਾ ਲੱਗੀ ਜਦੋਂ ਦੇ ਪੁੱਤਰ ਨੂੰ ਜਾ ਕੇ ਲੱਗੀ ਤਾਂ ਉਹ ਕੀ ਸੀ ਉਹਨੂੰ ਹਸਪੀਟਲ ਲੈ ਕੇ ਜਾਂਦੇ ਨੇ ਜਦੋਂ ਹਸਪੀਟਲ ਲੈ ਕੇ ਗਏ ਤਾਂ ਉਹਨਾਂ ਕਿਹਾ ਵੀ ਤੁਹਾਡੇ ਪੁੱਤਰ ਦੀ ਨਾ ਜੋ ਲੱਤ ਹੈ ਇਹ ਖਰਾਬ ਹੋ ਗਈ ਹੈ ਇਹ ਹੁਣ ਕਦੀ ਵੀ ਜ਼ਿੰਦਗੀ ਚ ਚੱਲ ਨਹੀਂ ਸਕਦਾ ਵੀ ਉਹ ਅਪਾਹਜ ਹੋ ਗਿਆ ਉਹ ਹੁਣ ਮੰਜੀ ਤੇ ਬੈਠਾ ਰਿਹਾ ਹੁਣ ਜੇ ਇਹਦੇ ਪੁੱਤਰ ਨੇ ਦੂਸਰੇ ਨੇ ਚਲਾਈ ਸੀ ਗੋਲੀ ਉਹਨੂੰ ਹੁਣ ਪੁਲਿਸ ਵਾਲੇ ਲੈ ਕੇ ਜਦੋਂ ਪੁਲਿਸ ਵਾਲੇ ਲੈ ਕੇ ਗਏ ਕੇਸ ਚੱਲਦਾ ਰਿਆ ਅਤੇ ਕੇਸ ਚੱਲਦਾ ਰਿਆ ਤੇ ਉਹਨੂੰ ਸਜ਼ਾ ਦੇ ਦਿੱਤੀ ਗਈ ਵੀ ਤੁਸੀਂ ਹੁਣ ਇੰਨੇ ਸਾਲ ਜੇਲ੍ਹ ਦੇ ਵਿੱਚ ਕੱਟਨੇ ਨੇ ਇੱਕ ਦਾ ਪੁੱਤਰ ਅਪਾਹਜ ਹੋ ਕੇ ਬਹਿ ਗਿਆ ਇੱਕ ਦਾ ਪੁੱਤਰ ਜੇਲ੍ਹ ਚਲਾ ਗਿਆ ਹੁਣ ਜਿੰਨੇ ਚੋਣਾਂ ਚੋਂ ਜਿੱਤਣਾ ਸੀ ਉਹ ਜਿੱਤ ਗਿਆ ਹੁਣ ਐਵੇਂ ਕਰਦੇ ਕਰਦੇ ਕਿੰਨੇ ਸਾਲ ਬੀਤ ਗਏ ਉਹ ਜੋ ਉਹਨਾਂ ਦੇ ਸਰਕਾਰਾਂ ਦੇ ਦਿਸਣ ਤੇ ਭਾਵ ਵੀ ਆੱਢ-ਆੱਢ ਦਿਸਣ ਇੱਕ ਦੂਜੇ ਨੂੰ ਹਮਾਇਤ ਕਰਦਾ ਸੀ ਇੱਕ ਦੂਜੇ ਨੂੰ ਕਰਦਾ ਸੀ ਕੁਝ ਵਰੇ ਲੰਘੇ ਜੋ ਸਰਕਾਰਾਂ ਸਨ ਜਾਂ ਜਿਨ੍ਹਾਂ ਦੀ ਹਮਾਇਤ ਕਰਦੇ ਸਨ ਉਹ ਨਾਂ ਤੇ ਉਹਦੇ ਪੁੱਤਰ ਲਈ ਕੁਛ ਕੀਤਾ ਤੇ ਨਾਂ ਜਿਹੜਾ ਜੇਲ੍ਹ ਚ ਬੰਦ ਸੀ ਉਹਦੇ ਲਈ ਕੁਛ ਕੀਤਾ ਐਵੇਂ ਕਰਦੇ ਕਰਦੇ ਸਮਾਂ ਲੰਘ ਗਿਆ ਉਹਨਾਂ ਦੋਹਾਂ ਦੇ ਘਰਾਂ 'ਚ ਅਖਬਾਰਾਂ ਜ਼ਰੂਰ ਆਉਂਦੀਆਂ ਸੀ ਹੁਣ ਜਦੋਂ ਅਖਬਾਰ ਆਈ ਤੇ ਜਿਸ ਦਾ ਪੁੱਤਰ ਅਪਾਹਜ ਸੀ ਉਹ ਉਹਦੇ ਕੋਲ ਬੈਠ ਕੇ ਪੜਨ ਲੱਗਾ ਉਹਨਾਂ ਦੇ ਘਰਾਂ ਮੋਂ ਸਾਹਮਣੇ ਸੀ ਦੂਸਰਾ ਉੱਧਰ ਬੈਠ ਕੇ ਪੜਨ ਲੱਗਾ ਜਦੋਂ ਪੜਦਿਆਂ ਤੇ ਉਹ ਜਦੋਂ ਦੂਸਰਾ ਹਜੇ ਪੰਨਾ ਫੋਲਦੀ ਆ ਉੱਤੇ ਲਿਖਿਆ ਕੀ ਹੁੰਦਾ ਵੀ ਜਿਹੜੇ ਵਕ ਵਕ ਦੇ ਹਮਾਇਤਾ ਹਮਾਇਤ ਕਰਦੇ ਸੀ ਨਾ ਉਹ ਇੱਕ ਦੂਜੇ ਨੂੰ ਪਾਵ ਇੱਕਦਮ ਲੜਕਾ ਸੀ ਤੇ ਇੱਕ ਦੀ ਗੁੜੀਆ ਸੀ ਉਹ ਉਹਨਾਂ ਦਾ ਆਪਸ ਵਿੱਚ ਵਿਆਹ ਕਰ ਰਹੀ ਸੀ ਕਹ ਰਹੀ ਸੀ ਕਿ ਅਸੀਂ ਆਪਣੀ ਜੋ ਸਾਡੀ ਮਿੱਤਰਤਾ ਸੀ ਉਹਨੂੰ ਅੱਜ ਰਿਸ਼ਤੇਦਾਰੀ 'ਚ ਬਦਲ ਰਹੇ ਹਾਂ ਉਹਨਾਂ ਇਹ ਉੱਤੇ ਟੈਗ ਲਾਈਨ ਲਿਖਵਾਈ ਹੋਈ ਸੀ ਇਸ ਜਦੋਂ ਉਹਨੇ ਪੜਿਆ ਤਾਂ ਉਹਨਾਂ ਬੜੀ ਜ਼ੋਰ ਕੀ ਉਹਨਾਂ ਦੀ ਹੋਕ ਨਿਕਲ ਗਈ ਕਿ ਆਪਾਂ ਤਾਂ ਲੁੱਟੇ ਗਏ ਇਸ ਲਈ ਜੋ ਵੀ ਕਰੋ ਜਦੋਂ ਵੀ ਕਰੋ ਹਮੇਸ਼ਾ ਸੋਚ ਕੇ ਸਮਝ ਕੇ ਤੇ ਵਿਚਾਰ ਕੇ ਕਰੋ ਕਿਉਂਕਿ ਕਿਸੇ ਪਿੱਛੇ ਕਦੇ ਲੜਾਈ ਮੋਲ ਨਾ ਲਓ ਦਿੱਕਾ ਦੇਵੀ ਕਿਸੇ ਪਿਛੇ ਬਿਨਾ ਸੋਚੇ ਸਮਝੇ ਕੋਈ ਫੈਸਲਾ ਨਾ ਲਵੋ ਜੋ ਆਪਾਂ ਨੂੰ ਜ਼ਿੰਦਗੀ ਪਰ ਪਛਤਾਉਣਾ ਪਵੇ ਹਮੇਸ਼ਾ ਆਪਣੀ ਜ਼ਮੀਰ ਦੀ ਸੁਣੋ